ਸਾਡਾ ਸਿੱਖ ਇਤਿਹਾਸ ਬੜਾ ਕੁਰਬਾਨੀਆਂ ਭਰਿਆ ਹੈ। ਇੱਕ ਗੁਰਸਿੱਖ ਅਜਾਇਬ ਘਰ ਦਰਸ਼ਨ ਕਰਨ ਗਿਆ। ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਦੇਖ ਕੇ, ਭਾਈ ਮਤੀ ਦਾਸ ਜੀ ਦੇ ਸਿਰ ਤੇ ਆਰਾ ਚੱਲਦਾ ਦੇਖ ਕੇ ਉਸ ਗੁਰਸਿੱਖ ਨੇ ਕੁਝ ਖਿਆਲ ਪ੍ਰਗਟ ਕੀਤਾ। ਬੈਠੇ ਬੈਠੇ ਮਨ ਚ ਵਿਚਾਰ ਆਈ, ਮਨੀ ਸਿੰਘ ਬੰਦ ਬੰਦ ਕਟਵਾਇਆ ਕਿੱਦਾਂ, ਚੀਰ ਲੱਗੇ ਤਾਂ ਪਾਦੀ ਬਣ ਜਾਵੇ, ਕੁਤਰਾ ਪੱਠਿਆਂ ਵਾਂਗ ਕਰਵਾਇਆ ਕਿੱਦਾਂ, ਤਰੇਲੀ ਵੇਖ ਤਲਵਾਰ ਨੂੰ ਆ ਜਾਵੇ, ਮੌਤ ਵੇਖ ਨਾ ਸਿੰਘ ਘਬਰਾਇਆ ਕਿੱਦਾਂ, ਭਾਈ ਤਾਰੂ ਸਿੰਘ ਸ਼ਹੀਦ ਨਾਲ ਰੰਬੀਆਂ ਦੇ ਖੋਪਰ ਸਿਰ ਤੋਂ ਜੁਦਾ ਕਰਵਾਇਆ ਕਿੱਦਾਂ। ਫਿਰ ਅੰਬਰੋਂ ਇੱਕ ਆਵਾਜ਼ ਆਈ, ਅਸੀਂ ਜਿੰਨੇ ਸ਼ਹੀਦੀਆਂ ਪਾਉਣ ਵਾਲੇ ਅਰਜੁਨ ਦੇਵ ਉਸਤਾਦ ਨੇ ਗੁਰੂ ਸਾਡੇ, ਸਾਨੂੰ ਉਹੀ ਨੇ ਸਭ ਕੁਝ ਸਿਖਾਉਣ ਵਾਲੇ। ਕੁਰਬਾਨੀਆਂ ਦੀ ਲੰਬੀ ਕਹਾਣੀ ਸੁਣ ਸੁਣ ਕੇ ਆਂਦੀ ਦਿਲ ਨੂੰ ਹੈਰਾਨੀ। ਭਾਈ ਸ਼ਮਨਦੀਪ ਸਿੰਘ ਜੀ ਤਾਂ ਫਤਿਹਗੜ੍ਹ ਸਾਹਿਬ ਵਾਲਿਆਂ ਦੀ ਸੁਹਾਨੀ ਆਵਾਜ਼ ਵਿੱਚ ਪੇਸ਼ ਹੈ। ਕੁਰਬਾਨੀਆਂ ਦੀ ਲੰਬੀ ਕਹਾਣੀ, ਕੁਰਬਾਨੀਆਂ ਦੀ ਲੰਬੀ ਕਹਾਣੀ, ਸੁਣ ਸੁਣ ਕੇ ਆਉਂਦੀ ਹੈ ਦਿਲ ਨੂੰ ਹੈਰਾਨੀ। ਸੁਣ ਸੁਣ ਕੇ ਆਉਂਦੀ ਹੈ ਦਿਲ ਨੂੰ ਹੈਰਾਨੀ, ਕੁਰਬਾਨੀਆਂ ਦੀ ਲੰਬੀ ਕਹਾਣੀ, ਕੁਰਬਾਨੀਆਂ ਦੀ ਲੰਬੀ ਕਹਾਣੀ। ਅਰਜਨ ਸ਼ਹੀਦ ਹੋਏ, ਪਹਿਲੇ ਗੁਰੂ ਅਰਜਨ ਸ਼ਹੀਦ ਹੋਏ, ਗਵਾਹੀ ਦਿੰਦਾ ਏ ਰਾਵੀ ਦਾ ਪਾਣੀ, ਗਵਾਹੀ ਦਿੰਦਾ ਏ ਰਾਵੀ ਦਾ ਪਾਣੀ, ਸੁਣ ਸੁਣ ਕੇ ਆਉਂਦੀ ਹੈ ਦਿਲ ਨੂੰ ਹੈਰਾਨੀ, ਸੁਣ ਸੁਣ ਕੇ ਆਉਂਦੀ ਹੈ ਦਿਲ ਨੂੰ ਹੈਰਾਨੀ। ਕੁਰਬਾਨੀਆਂ ਦੀ ਲੰਬੀ ਕਹਾਣੀ, ਕੁਰਬਾਨੀਆਂ ਦੀ ਲੰਬੀ ਕਹਾਣੀ। ਨਾਲ ਲਾਇਆ ਮਸੂਮਾਂ ਨੇ ਮੱਥਾ, ਮੌਤ
ਲਾਇਆ ਮਾਸੂਮਾ ਨੇ ਮੱਥਾ ਜਿਗਰੇ ਸਿਵੜੇ ਉਮਰ ਨੇ ਆਣੀ ਜਿਗਰੇ ਸਿਵੜੇ ਉਮਰ ਨੇ ਆਣੀ ਸੁਣ ਸੁਣ ਕੇ ਆਉਂਦੀ ਹੈ ਦਿਲ ਨੂੰ ਹੈਰਾਨੀ ਸੁਣ ਸੁਣ ਕੇ ਆਉਂਦੀ ਹੈ ਦਿਲ ਨੂੰ ਹੈਰਾਨੀ ਕੁਰਬਾਨੀ ਆਉਂਦੀ ਲੰਬੀ ਕਹਾਣੀ ਕੁਰਬਾਨੀ ਆਉਂਦੀ ਲੰਬੀ ਕਹਾਣੀ ਕੁਰਬਾਨੀ ਆਉਂਦੀ ਲੰਬੀ ਕਹਾਣੀ ਕੁਰਬਾਨੀ ਆਉਂਦੀ ਲੰਬੀ ਕਹਾਣੀ।